ਅੰਮ੍ਰਿਤਸਰ ਅਤੇ ਲੋਕ ਸਭਾ ਸੀਟ ਦਾ ਮੁਕਾਬਲਾ ਬਹੁਤ ਹੀ ਰੋਮਾਂਚਕ ਹੁੰਦਾ ਜਾ ਰਿਹਾ ਔਰ ਹਰ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਰੋਡ ਸ਼ੋਅ ਦੀਆਂ ਨੇ, ਜਿੱਥੇ ਕਿ ਬੀਜੇਪੀ ਦੇ ਕੈਂਡੀਡੇਟ ਤਰਨਜੀਤ ਸਿੰਘ ਸੰਧੂ ਦੀ ਹਿਮਾਇਤ ਵਿੱਚ ਇੱਥੇ ਇੱਕ ਇਤਿਹਾਸਿਕ ਰੋਡ ਸ਼ੋਅ ਕੱਢਿਆ ਜਾ ਰਿਹਾ। ਤਾਂ ਪਹਿਲੇ ਲੀਡਰ ਸਾਹਿਬਾਨ ਲੱਸੀ ਦਾ ਆਨੰਦ ਮਾਣ ਰਹੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਇਸ ਕਰਕੇ ਨਾਲ ਨਾਲ ਕੁਛ ਠੰਡਾ ਪੀਣ ਨੂੰ ਵੀ ਦਿਲ ਕਰਦਾ, ਤਾਂ ਲੱਸੀ ਪੀ ਕੇ ਲੀਡਰ ਸਾਹਿਬਾਨ ਆਪਣੀ ਪਿਆਸ ਬੁਝਾ ਰਹੇ ਨੇ। ਨਾਲ ਨਾਲ ਇੱਕ ਇਤਿਹਾਸਿਕ ਰੋਡ ਸ਼ੋਅ ਜਿਹੜਾ ਕੱਢਿਆ ਗਿਆ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਹਿਮਾਇਤ ਵਿੱਚ, ਤੁਸੀਂ ਦੇਖ ਸਕਦੇ ਹੋ ਨਾਲ ਸਾਬਕਾ ਸਾਂਸਦ ਸ਼ਵੇਤ ਮਲਿਕ, ਰਜਿੰਦਰ ਮੋਹਨ ਸਿੰਘ ਚੀਨਾ, ਸਾਬਕਾ MLA ਹਰਜਿੰਦਰ ਸਿੰਘ ਠੇਕੇਦਾਰ, ਗੁਰਪ੍ਰਤਾਪ ਸਿੰਘ ਟਿੱਕਾ ਅਤੇ ਨਾਲ ਹੋਰ ਲੀਡਰਸ਼ਿਪ ਜਿਹੜੀ ਕਿ ਇੱਥੇ ਉਹ ਪਹੁੰਚੀ ਹੋਈ ਹੈ। ਅਤੇ ਅੱਜ ਦਾ ਇਤਿਹਾਸਿਕ ਰੋਡ ਸ਼ੋਅ ਬਹੁਤ ਕੁਛ ਤੈਅ ਕਰਨ ਜਾ ਰਿਹਾ। ਅਤੇ ਮੇਰੇ ਨਾਲ ਹਰਵਿੰਦਰ ਸਿੰਘ ਸੰਧੂ ਨੇ, ਜ਼ਿਲ੍ਹਾ ਪ੍ਰਧਾਨ BJP ਦੇ, ਉਹਨਾਂ ਨੇ ਗੱਲਬਾਤ ਕਰ ਰਹੇ ਹਾਂ। ਅੱਜ ਦਾ ਰੋਡ ਸ਼ੋਅ ਕੀ ਕਹੋਗੇ ਜੀ? ਅੱਜ ਦਾ ਰੋਡ ਸ਼ੋਅ ਨੇ ਸਰਦਾਰ ਤਰਨਜੀਤ ਸਿੰਘ ਸੰਧੂ, ਜੋ ਸਾਡੀ ਭਾਰਤੀ ਜਨਤਾ ਪਾਰਟੀ ਦੇ ਪ੍ਰਤਾਸ਼ੀ ਨੇ, ਅੱਜ ਉਹਨਾਂ ਦੀ ਜਿੱਤ ਤੈਅ ਹੋ ਗਈ ਹੈ ਔਰ ਤੁਹਾਨੂੰ ਮੈਂ ਗਰੰਟੀ ਦਿੰਦਾ, ਸਿਰਫ ਐਲਾਨ ਹੋਣਾ ਬਾਕੀ ਹੈ ਔਰ ਆਪਾਂ ਇੱਕ ਵਿਸ਼ਵਾਸ ਦਿਵਾਉਂਦੇ ਹਾਂ ਅੰਮ੍ਰਿਤਸਰ ਦੇ ਨਿਵਾਸੀਆਂ ਵੱਲੋਂ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਵੀ ਅਤੇ ਸਾਡੇ ਤੇਜਸਵੀ ਅਤੇ ਤਪਸਵੀ ਪ੍ਰਧਾਨ ਮੰਤਰੀ ਜੀ ਨੂੰ ਵੀ, ਕਿ ਆਪਾਂ ਵੱਡੇ ਮਾਰਜਨ ਨਾਲ ਉਹਨਾਂ ਦੇ ਭੇਜੇ ਹੋਏ ਜਿਹੜੇ ਅੰਮ੍ਰਿਤਸਰ 'ਚ ਦੂਤ ਨੇ ਉਹਨਾਂ ਨੂੰ ਜਿਤਾਵਾਂਗੇ ਔਰ ਇਹ ਜਿੱਤ ਜਿਹੜੀ ਹੈ ਅੰਮ੍ਰਿਤਸਰ ਦੇ ਵਿਕਾਸ ਦੀ ਜਿੱਤ ਹੋਏਗੀ, ਅੰਮ੍ਰਿਤਸਰ ਦੇ ਬੱਚਿਆਂ ਦੇ ਭਵਿੱਖ ਦੀ ਜਿੱਤ ਹੋਏਗੀ, ਪੰਜਾਬ ਦੇ ਭਵਿੱਖ ਦੀ ਜਿੱਤ ਹੋਏਗੀ ਔਰ ਆਪਾਂ ਇੱਥੋਂ ਇਹਨਾਂ ਨੂੰ ਜਿਤਾ ਕੇ ਆਪਾਂ ਜਿਹੜੀ ਸਾਡੇ ਤੇਜਸਵੀ ਪ੍ਰਧਾਨ ਮੰਤਰੀ ਦੇ ਬ੍ਰਿਗੇਡ 'ਚ ਭੇਜਾਂਗੇ। ਪਰ ਅਜਿਹੇ ਦਾਅਵੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ। ਤੁਸੀਂ ਉਹਨਾਂ ਦਾ ਰੋਡ ਸ਼ੋਅ ਵੇਖਿਆ ਹੈ, ਉਹਨਾਂ ਨੂੰ ਵਿੱਚੋਂ ਹੀ ਛੱਡ ਕੇ ਭੱਜ ਕੇ ਜਾਣਾ ਪਿਆ। ਤੁਸੀਂ ਅੱਜ ਇਹ ਠਾਠਾ ਮਾਰਦਾ ਕੱਟ ਜੋ ਉੱਥੋਂ ਸ਼ੁਰੂ ਹੋਇਆ, ਅੱਜ ਇਹ ਲੰਮੇ ਕਾਫਲੇ ਨਾਲ ਅਖੀਰ ਤੱਕ ਇਹ ਲੋਕਾਂ ਦਾ ਪਿਆਰ ਹੈ ਜਿਹੜਾ ਨਾਲ ਨਾਲ ਇਹਨਾਂ ਚਲਾਉਂਦਾ ਆ ਰਿਹਾ, ਇਹ ਦਰਸਾਉਂਦਾ ਕਿ ਇਹ ਪਿਆਰ ਸਾਡਾ, ਇਹ ਨਰਿੰਦਰ ਮੋਦੀ ਜੀ ਨਾਲ ਪਿਆਰ ਹੈ, ਇਹ ਸੰਧੂ ਸਾਹਿਬ ਨਾਲ ਪਿਆਰ ਹੈ, ਇਹ ਭਾਰਤੀ ਜਨਤਾ ਪਾਰਟੀ ਨਾਲ ਪਿਆਰ ਹੈ। ਪਰ ਜੋ ਪਿੰਡਾਂ ਵਿੱਚ ਕਿਸਾਨ ਘਿਰਾਓ ਕਰਦੇ ਨੇ BJP ਦਾ, ਨੁਕਸਾਨ ਹੋ ਸਕਦਾ ਪਿੰਡਾਂ 'ਚ? ਰਾਜਦੂਤ ਬਣ ਕੇ ਅੰਮ੍ਰਿਤਸਰ ਦੀ ਔਰ ਉਹਨਾਂ ਦੀ ਆਵਾਜ਼ ਬਣ ਕੇ ਮੋਦੀ ਜੀ ਕੋਲ ਉਹਨਾਂ ਦੇ ਸਾਰੇ ਦਿੰਦੇ ਹੋਏ ਕੰਮ ਕਰਾਉਣਗੇ। ਡੈਮੇਜ ਕੰਟਰੋਲ ਹੋਏਗਾ? ਕੋਈ ਡੈਮੇਜ ਨਹੀਂ ਹੋਣ ਵਾਲਾ, ਅੱਜ ਪਿੰਡਾਂ 'ਚ ਵੀ ਉਨਾ ਹੀ ਉਤਸ਼ਾਹ ਹੈ ਜਿੰਨਾ ਸ਼ਹਿਰਾਂ 'ਚ। ਬਿਲਕੁਲ ਜੀ, ਇਹ ਨੇ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਜਿਹੜੇ ਕਿ ਆਖਦੇ ਹੋਏ ਦਿਖਾਈ ਦੇ ਰਹੇ ਨੇ, ਜਿੱਤ ਭਾਜਪਾ ਦੀ ਪੱਕੀ ਹੈ, ਸਿਰਫ ਐਲਾਨ ਹੋਣਾ ਬਾਕੀ ਹੈ। ਬਾਕੀ ਇਹ ਤਾਂ ਚਾਰ देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।